ਓਏ ਹੁਣ ਮੇਰੇ ਲੂ ਫਿੱਟੀ ਹੋਈਆਂ ਕਿਉਂ ਵੇਂਦੀਆਂ ਪਈਆਂ ਉਹ ਆਪਣੇ ਨੂਰਨਾਮੇ ਦਾ ਤੋਂ ਹੀ ਨਹੀਂ ਪਤਾ ਹੈ। ਤੁਹਾਨੂੰ ਮੈਂ ਦਾਚੇ ਤਾਰ ਤੇ ਥਮਾਵਾਂ, ਤੁਹਾਨੂੰ ਥੱਲਾਂ ਲਿਆ ਤੇ ਥਮਾਵਾਂ ਹੈ। ਪੱਲੇ ਨਹੀਂ ਇੱਥੇ ਪਾਪੜੀ ਤੇ ਵੇਲੀ ਬੱਤੀ ਆਤੜੀ, ਜਿਹੜਾ ਨੂਰ ਦਾਦੇ ਰਹੀ ਥਤੇਂਦੀਆਂ ਪਈਆਂ ਉਹ ਤੁਹਾਨੂੰ ਮੈਂ ਵੀ ਥਮਾਵਣਾ, ਮੈਂ ਵੀ ਉੱਥੇ ਬਾੜਾ ਤੁਹਾਨੂੰ ਥਮਾਵਣਾ, ਇਹ ਤੁਹਾਨੂੰ ਮੈਂ ਵੀ ਦੱਸ ਛੱਡਾਂ। ਤਾਵੇੜ ਮੈਨੂੰ ਵੀ ਬਹੁ ਚੜੀ ਹੋਈ ਹੈ। ਅਸਲਾਮ ਅਲੈਕੁਮ ਦਾਮਾ ਬੋਲਦਾ ਪਿਆ ਪਿਰਾਈ, ਹਾਂ ਮੈਂ ਥੰਮੀ ਫੋਨ ਦਿੱਤਾ ਤੇਰੇ ਵੱਲੋ, ਸਿਆਣਾ ਬੁਲੈਂਦਾ ਪਿਆ। ਉਹ ਯਾਰ ਇਸ ਤਰ੍ਹਾਂ ਤਾਰੋ, ਇਹ ਤਵੀ ਚੜਾਈ ਚਿਮਟਾ, ਇਹ ਹਰ ਸ਼ਾ ਲੈ ਤੇ ਆ ਜਾ, ਦਾ ਮਣ ਜਲੇਬੀ ਥੱਡਣੀ ਵਲਾਵੇਂ ਵਾਲੀ, ਇੰਜ ਬਿੱਲ ਥੁੱਲ ਜਲੇਬੀ ਥੜ ਥੜ ਤੇ ਪੂਰੇ ਥੇ ਨੂੰ ਉਸ ਸਿਆ ਦੇਵਣੀ। ਹਾਥੀ ਢੱਡਾ ਵੀ ਲੈਂਦੇ ਪਏ ਹੋ, ਇਹ 1200 ਰੁਪਈਆ ਮਣ ਦਾ। ਅੱਛਾ ਦੋ ਦੱਤੂ ਠੰਡ ਦੇ ਬੋਰੀ ਮਹਿਦੇ ਦੀ, ਦੋ ਪੀਪੇ ਦਿਓ ਦੇ ਕਸ਼ਮੀਰ। ਅੱਛਾ ਬਾਲਣ 5 ਮਣ ਅਤੇ ਹੋਰ ਬਾਤੀ ਮਿਸਾਲੇ ਸ਼ਿਸਾਲੇ। ਓਏ ਉਹਨਾਂ ਦਾ ਤਾਂ ਮਸਲਾ ਤੋਈ ਨਹੀਂ, ਉਸ ਆਥਿਆ ਇਹ ਥਰਚਿਆਂ ਦਾ ਥੇੜਾ ਰੋਲਾ। ਉਹ ਜਦੋਂ ਤੁਸੀਂ ਆਂਦਰਾਂ ਨੂੰ ਸੋਥਾ ਜਾਵੇ ਹੈਂ, ਤਮਾਵਣਾ ਤੁਹਾਡੇ ਵਾਸਤੇ, ਆਪਣੇ ਬਾਲਾਂ ਵਾਸਤੇ ਬੰਦਾ ਤਮਾਈਂਦਾ ਹੈ ਨਾ, ਇਸ ਹਰਸ਼ਾ ਨੂੰ ਮੈਂ ਸਿੱਧੇ ਦੱਸਣਾ। ਚਲੋ ਠੀਕ ਹੈ, ਇਹ ਲੈ ਤੇ ਆਉਣ ਸਾਰ, ਅੱਠਾ ਥੇ ਦਾ ਕੰਮ ਤੋਂ ਤਰਨਾ ਹੈ ਸਾਰਾ, ਬਸ ਠੀਕ ਹੈ। ਬਿਸਮਿਲ੍ਲਾ ਤਰ੍ਹਾਂ ਜੇ ਟਾਈਮ ਲੱਭੇ ਤਾਂ ਉਸ ਸੱਥਿਆ ਜਿੱਥੇ ਪੈਰ ਉਸੇ ਥੈਰ ਹੱਥ ਹੁਲ ਦਈ ਹੈ, ਖੁੱਲ ਗਈ ਹੈ ਹੌਲੂ ਹੌਲੂ, ਸਦਾ ਮੈਂ ਚਾਹਿਆ ਤਾਰ ਹੌਲੂ 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 ਚਿੰਦੀ ਪਈ। ਤੂੰ ਮੈਨੂੰ ਇਹ ਦੱਸੋ ਵੀ ਕਿਸੇ ਬੰਦੇ ਤੇਰੇ ਜ਼ਿੰਮੇ ਲਾਇਆ ਹੋਇਆ ਵੀ ਅਟਕਾਠੇ ਦੀ ਕਿਹਦਾ ਅਟਕਾਠ ਹੈ, ਜਿਹਦੀ ਜਲੇਬੀਆਂ ਦਾ ਤੇ ਤਗਾਰਿਆਂ ਦਾ ਤੂੰ ਆਰਡਰ ਪਿਆ ਦੇਣਾ ਹੈ? ਇਹ ਦੱਸ ਮੈਂ ਪੂਰੇ ਥੇ ਦਾ ਨੌਤਰ ਹੈ ਜਿਹੜਾ ਮੈਂ ਲੋਤਾਂ ਦੇ ਕੰਮ ਕਰਨੇ, ਤੇ ਮੁੜ ਕਿਉਂ ਇਹ ਕਰੇਂਦਾ ਪਿਆ ਹੈ, ਕਿਉਂ ਜਲੇਬੀ ਵਾਲਿਆਂ ਨੂੰ ਆਖਿਆ ਹੈ? ਉਹ ਥੜਮੀਆ, ਓਏ ਅੱਲਾ ਖੁਸ਼ੀਆਂ ਦੇਵੇ ਤਾਂ ਲੁਤਾ ਤੇ ਨਹੀਂ ਦੱਸਦੀਆਂ, ਉਹ ਬੰਦਾ ਵਾਜਦਾਜ ਸੇ ਦੱਸੇ ਵੀ ਸਾਡੇ ਦਰ ਖੁਸ਼ੀ ਆਉਂਦੀ ਪਈ ਹੈ। ਖੁਸ਼ੀ ਕਿਹੜੀ ਸ਼ਾਇਦ ਹੀ, ਖੁਸ਼ੀ ਕਿਹੜੀ ਸ਼ਾਇਦ ਹੀ, ਖੁਸ਼ੀ ਤੇੜੀ ਸ਼ਾਇਦ ਹਾਂ, ਅਭੀ ਖੁਸ਼ੀ ਕੌਣ ਆਉਂਦੀ ਪਈ ਹੈ? ਓਏ ਅੱਲਾ ਦੇ ਨੇਤ ਬੰਦੀਏ, ਹਾਂਜੀ ਤੂੰ ਪਰਸੂਆਂ ਦੀ ਨਾ ਮਈ ਪੇ ਮੈਨੂੰ ਉਲਟੀਆਂ ਜਿਹੀਆਂ ਆਉਂਦੀਆਂ ਪਈਆਂ ਤੇ ਬਹੁਤ, ਤੇ ਅੱਲਾ ਪਾਕ ਸਾਡੇ ਦਰ ਲਾਇਆ ਹੋਏ ਨਵਾਂ ਪਰਾਣਾ ਤੇ ਉਹਦੇ ਆਉਂਦਿਆਂ ਉਸੇ ਤੇ ਜਲੇਬੀਆਂ ਦੇ ਭੀੜ ਲਾ ਦੇਣੇ। ਵੇ ਵੇ ਤੱਲੂ ਵੇ ਤੱਲੂ, ਮੈਂ ਚਣਿਆਂ ਦੀ ਦਾਲ ਖਾ ਬੈਠੀਆਂ, ਮੁੱਤੂ ਪੀ ਬੈਠੀਆਂ ਦੁੱਧ, ਉਹ ਮੈਨੂੰ ਪੈ ਗਿਆ ਹੈਜ਼ਾ, ਉਹਦੀਆਂ ਮੈਨੂੰ ਉਲਟੀਆਂ ਆਈਆਂ ਨੇ। ਉਹ ਬਲਾਂ ਥੁਦਾ ਦੀ ਤੇ ਹੋਰ ਦਲ ਬਾਤ ਸਾਈ ਨਹੀਂ, ਕਾਈ ਸ਼ੈ ਕਾਈ ਨਹੀਂ, ਤੂੰ ਐ ਜਾ ਕੇ ਆਰਡਰ ਦੇ ਛੱਡਣ ਕੇ ਦੇਵੇ ਦੰਮੀ ਬਾਲ ਤੇ ਪਰ ਸੋਤਾ ਜਿਹੜਾ ਫਰੂਟ ਬਿੜੇਂਦੀ ਪਈ ਏ, 2 ਕਿਲੋ ਮੈਂ ਸੇਬਾਂ ਦੇ ਲਾਇਆਂ ਦੇ ਉਹ ਵੀ ਵਾਛਾਂ ਹੀ ਤੁੰਨ ਦਈਓ, ਆ ਦਾੜੂ ਛਾੜੂ ਲਾਇਆਂ ਦੇ ਉਹ ਵੀ ਵਾਛਾਂ ਹੀ ਤੁੰਨ ਦਈਓ, ਤੇਲੇ ਲਾਇਆਂ ਦੇ ਹੁੰਦਾ ਚੂਸ ਬਣਾ ਤੇ ਪੀ ਛੱਡੇ ਤੇ ਹੁਣ ਪਿਆਨੀ ਐ ਦਾਲ ਸਾਈ ਨਹੀਂ, ਕਮਜ਼ੋਰ ਨਾ ਤੇ ਕਮਜ਼ੋਰੀ ਤੇੜਾ ਮੈਂ ਤੇਰਾ ਥੂਨ ਵਿਛੇਂਦਾ ਰਿਆਂ। ਲੈ ਕੇ ਮੈਨੂੰ ਉਲਟੀਆਂ ਆਈਆਂ, ਮੇਰੇ ਢਿੱਡ ਚ ਪੀੜ ਹੋਈ, ਮੇਰਾ ਸਾਰਾ ਪਾਣੀ ਨਿਕਲ ਗਿਆ ਤੇ ਮੈਂ ਫਰੂਟ ਤੇ ਖਾਣਾ ਆ ਤਾਕਤ ਕਾਂ ਤੇ ਉਹ ਮੈਂ ਖਾਦਾ। ਸਿਆਣੇ ਨੇ ਤਾਂ ਤੂੰ ਚਗਲ ਬਣਾ ਛੱਡਿਆ, ਤੂੰ ਹੈ ਹੀ ਚਗਲ। ਓ ਦਾ ਸੁਣ, ਮਨਾ ਕਰ ਵੀ ਉਹ ਨਾ ਕਾਈ ਸ਼ੈ ਨਾ ਲੈ ਕੇ ਔਰ ਆਵੇ ਉਹ ਨਾ ਕਿ ਜੜ ਤੇ ਢੁੱਕਾ ਪਿਆ ਬੇ ਉਹ ਬੂਹੇ ਤੇ ਹੁਣ ਸੇੜੇ ਮੂੰਹ ਨਾਲ ਉਹ ਨਵਾਥਾ, ਐਸੀ ਮੂੰਹ ਨਾਲ ਓਏ ਨਵਾਥਾ, ਸਾਡੇ ਦਰੂ ਸੁਸ਼ੀਆਂ ਵਾਧਦੀਆਂ, ਸਿਮਰੋ ਜੀ ਮੈਂ ਵੀ ਤਰਨਾ ਹੀ ਨਾ, ਇਹ ਦੋ ਦਿਆਂ ਇਤਨੀ ਤਾਰ ਕਿਵੇਂ ਮੈਂ ਕਰਾਂ, ਮੈਂ ਕਿਵੇਂ ਕਰਾਂ ਦੋ ਦਿਆਂ ਤੇ ਵੀ ਫੂਤਣਾ ਸ਼ੂਤਣਾ ਭਰ ਤੇ ਲੋਤਾਂ ਦੇ ਵੀ ਥਾ ਛੱਡ, ਬਈ ਮੇਰਾ ਮੂੰਹ ਸੁਰ ਸੁਰ ਹੋ ਜਾਵੇ, ਆਥੇ ਸਿਆਣਾ ਵਾਥਿਆ ਹੀ ਸਿਆਣਾ, ਤੇ ਜੇ ਫੂਕਾ ਸ਼ੂਕਾ ਭਰ ਕੇ ਲੋਕਾਂ ਨੂੰ ਮੈਂ ਬੇਵਕੂਫ ਬਣਾ ਲਵਾਂ ਤੇ ਇਹ ਟਾਈਮ ਤੇ ਬਾਹਰ ਹੀ ਨਾ ਨਿਕਲੇ, ਮੋੜ ਕੀ ਕਰਸਾਂਗੇ? ਮੋੜ ਪਤਾ ਹੀ ਸੀ ਅਸਾਂ ਇਹ ਸਾਨੂੰ ਨਾ ਇਹ ਫੁੱਫੇ ਰੱਥਾਂ ਦਿੱਤੀਆਂ, ਜ਼ਾਇਆ ਹੋ ਗਿਆ। ਹਾਂ ਹਾਂ ਸ਼ਾਬਾਸ਼, ਬੜਾ ਸਿਆਣਾ, ਇਹਨ ਸਿਆਣੇ ਦਾ ਵੀ ਭਰਮ ਰਹਿ ਜਾਸੀ ਤੇ ਤੇਰਾ ਵੀ ਰਹਿ ਜਾਸੀ।
ਸਿਆਣਾ ਭਰਮ ਆਪ ਬਣਾਵੇ, ਮੈਂ ਇੰਜ ਕੋਈ ਨਹੀਂ ਕਰਨਾ। ਰੋਜ਼ਾਨਾ ਮੈਂ ਜਿਹੜਾ ਫਰੂਟ ਆਖਣਾ ਕਿਲੋ ਫਰੂਟ ਉਹ ਲੈ ਕੇ ਆਵਣਾ, ਕਿਲੋ ਦੁੱਧ ਲੈ ਕੇ ਆਵਣਾ। ਦੁੱਧ ਤਾਂ ਧਰਦਾ ਏ, ਇਹ ਕਾੜ ਕੇ ਵਿੱਚ ਗਰੀਆਂ ਬਦਾਮ ਪਾ ਕੇ ਰੋਜ਼ਾਨਾ ਮੈਂ ਪਿਵਾਵਣਾ। ਮੁੜ ਮੈਂ ਕੂੜ ਮੂੜ ਦਾ ਪੇਟ ਬਣਾ। ਸਿਮਰੋ ਜਿਤਨਾ ਵੀ ਥਾਲ ਹੈ ਨਾ, ਦਿੱਦੜ ਦੇ ਉੱਤੇ ਸ਼ੇਰ ਦੀ ਥਾਲ ਤਾਂ ਚੜਾਈ ਹੈ, ਤਦੀ ਸ਼ੇਰ ਹੋਇਆ ਨਹੀਂ। ਤੂੰ ਜਿਤਨਾ ਵੀ ਥਾਲ ਹੈ ਅਥੀਰੀ ਤੋਂ ਇਹੀ ਨਹੀਂ ਸਾਰ ਤੇ ਦਿਹਾੜਿਆਂ ਤਾਂ ਟੁਰਨਾ ਹੀ ਹੈ, ਮੈਨੂੰ ਦਿਸਦਾ ਪਿਆ। ਮੋਟਿਆ ਕਮੀਨਿਆ ਤੈਨੂੰ ਵੇਦੀ ਪਈਆਂ, ਤੂੰ ਇੰਜ ਹੀ ਕਰੇ ਨਾ, ਮੈਂ ਵੀ ਕੋਈ ਨਹੀਂ ਹੁਣ ਬਣਾਉਣਾ। ਮੈਂ ਵੀ ਲੋਕਾਂ ਦੱਸੇ ਸਾਂ ਸਾਰਾ ਕੁਝ ਕੂੜ ਤਰੋਟਮ ਹੋਇਆ ਨਾ ਹੋਵੇ ਤਾਂ। ਖੇਲ ਰਹੀ ਆ, ਤੈਨੂੰ ਆਖਿਆ ਵੀ ਇਹ ਇੰਨੀ ਗਰਮੀ ਵੇਖ ਤੇ ਸਹੀ, ਉਹਨੂੰ ਪਿੱਤ ਵਗੈਰਾ ਗਰਮੀ ਤੇ ਉਹਦਾ ਕੀ ਹਾਲ ਹੋਇਆ ਆ। ਤੇ ਪੋਡਰ ਅੰਦਰ ਲੈ ਨਾ ਆਂਦਾ ਪਿੱਤ, ਪੋਡਰ ਦਾ ਮੈਂ ਕੀ ਕਰਾਂ, ਪੱਖੇ ਦੀ ਹਵਾ ਬਿਜਲੀ ਦਾ ਕੋਈ ਪਤਾ ਹੀ ਨਹੀਂ ਹੈ ਨਾ, ਇੱਥੇ ਬਿਜਲੀ ਦਾ ਕੋਈ ਸਿਸਟਮ ਹੀ ਨਹੀਂ ਹੈ, ਆਂਦੀ ਮੜ ਜਾਂਦੀ ਆਂਦੀ ਮੜ ਜਾਂਦੀ ਹੈ, ਕੀ ਸੀਨ ਹੈ ਯਾਰ। ਰੋਂਦੀ ਦੋਂਦੀ ਰਾਨੀ ਆ ਹਰ ਵੇਲੇ, ਕਿਸੇ ਟਾਈਮ ਸ਼ੁਕਰ ਹੀ ਅਦਾ ਕਰ ਲਿਆ। ਸ਼ੁਕਰ ਕੀ, ਮੈਂ ਤੈਨੂੰ ਆਖਿਆ ਕਿ ਮੈਂ ਮਕਾਨ ਸ਼ਹਿਰ ਮੈਨੂੰ ਲੈ ਦੇ, ਤੇ ਕਿਉਂ ਨਹੀਂ ਲੈ ਕੇ ਦੇ ਰਿਹਾ, ਮੈਂ ਨਹੀਂ ਰਹਿ ਸਕਦੀ ਇੱਥੇ। ਨਿੱਕੀ ਜੀ ਬੱਚੀ ਦਾ ਵੀ ਤੈਨੂੰ ਅਹਿਸਾਸ ਨਹੀਂ ਹੈ। ਇਹ ਤੇਰੀ ਗਲਤ ਫਹਿਮੀ ਹੈ, ਸਾਡੀ ਸੱਤਾਂ ਨਸਲਾਂ ਦੇ ਵਿੱਚ ਇਹ ਕੰਮ ਕੋਈ ਨਹੀਂ ਹੈ। ਵੇ ਪਰਨੀਕ ਤੇ ਮੋੜ ਨਿਕਲ ਗਿਆ ਤੇ ਸ਼ਹਿਰਾਂ ਜਾ ਕੇ ਆਬਾਦ ਹੋ ਬੇਟਾ। ਪਰ ਮੇਰੇ ਕੋਲ ਨਹੀਂ ਇੱਥੇ ਗਰਮੀ 'ਚ ਰਿਹਾ ਜਾਂਦਾ ਯਾਰ, ਕੋਈ ਗੱਲ ਸੋਚੀ ਸਮਝੀ ਵੀ ਕਰ, ਬੱਚੀ ਨਾਲੇ ਮਾਸੂਮ ਜੀ ਇੱਥੇ ਨਹੀਂ ਰਹਿ ਸਕਦੀ ਗਰਮੀ ਵਿੱਚ। ਮੈਂ ਏਸੀ ਦੇ ਵਿੱਚ ਰਹਿਣ ਵਾਲੀ, ਮੈਂ ਤੇਰੇ ਨਾਲ ਇੱਥੇ ਆ ਗਈ, ਪਿੰਡ ਥਾਂ ਦੇ ਵਿੱਚ ਤਿੰਨ ਰਹਿ ਰਹੀ ਹਾਂ, ਇਹਦਾ ਮਤਲਬ ਇਹ ਤਾਂ ਨਹੀਂ ਹੈ ਨਾ ਕਿ ਮੋੜ ਤੂੰ ਸਭ ਦੋਨਾਂ ਨੂੰ ਇੰਜ ਕਰਨਾ। ਹਾਂਜੀ ਦੱਸ ਆ ਪੱਛਾ ਬਾਹਰ ਤਾਂ ਛੱਡਿਆ। ਏ ਆਏ ਦੁਆ ਕਾਕੀ ਨੂੰ ਸੇਕ ਹੁੰਦਾ ਪਿਆ ਹਾ, ਤੇ ਜਿਹੜੇ ਉਹ ਯੂਨੈਸ ਦੇ ਅੱਡਾਂ ਦੇ ਪੈਂਦੇ ਸੱਸੇ ਉਹ ਬਿੱਲ ਸਾਂ ਦੇਵਣਾ, ਤੁਹਾਡੇ ਮਾਮਿਆਂ ਆ ਸਾਂ ਦੇਵਣਾ। ਭਾਜੀ ਇਹ ਸਵਾਲ ਆ, ਇਹਨੂੰ ਚਾਹ ਤੇ ਰਾਤ ਸੰਦੇ ਰੋ, ਇਹ ਹੀ ਤੂੰ ਸੁਣਵਾਣਾ ਸੀ ਨਾ। ਉਹ ਮੈਂ ਉਹ ਸੱਸੇ ਆ ਨਿੱਤਾ ਜੇ ਹਾਮ ਜੇ ਪੱਥਾ ਸੱਸੇ ਆ ਬੇਲਿਆ, ਅਸਾਂ ਨੂੰ ਚੱਲਣ ਨਹੀਂ ਦਿੱਤਾ ਹੁਣ ਸਾਂ। ਹੈ ਆਏ ਲੁੰਦੀ ਆਏ ਚੋਲਾ ਤੇ ਆਏ ਮਹਿਲੀ, ਇਹ ਪਤਾ ਹੀ ਸੀ ਤੈਨੂੰ ਸਾਲ ਦਾ ਮੈਂ ਲਈ ਵਜਾ, ਮੈਂ ਚਦਾਲ ਨਹੀਂ ਅੱਬੇ ਸਿਆਣਾ ਨਾਂ ਤਿਉਂ ਰੱਥਿਆ, ਮੈਂ ਸਾਰਾ ਵੀਰਾਵਾਂ ਨੂੰ ਬਣਾ ਛਣਾ ਤੇ ਹਰ ਸ਼ਾ ਦੇ ਸਾਂ। ਮੈਨੂੰ ਪਤਾ ਹੈ ਸਾਡੀਆਂ ਸੱਤਾਂ ਨਸਲਾਂ ਤੋਂ ਹੈਗਾ ਤਾਂ ਵੀ ਇਹ ਚੱਲਣਾ ਹੈ, ਇਹ ਹੈ ਚੋਲਾ ਤੇ ਮਹਿਲੇ। ਤੇ ਚੱਤੀ ਸਾਬਣ ਦੀ ਦੱਸੀ ਪਈ ਹੈ ਉਹਨੂੰ, ਅਜੇ 15 ਦਿਹਾੜੇ ਹੋਏ ਹਨ। ਤੂੰ ਤੇ ਛੋਟਾ ਸਿਆਣਾ ਹੈ, ਐਡਾ ਜੂ ਸਿਆਣਾ ਬਣੇ ਹੋਇਆ। ਅੱਛਾ ਤੇ ਤੈਨੂੰ ਜ਼ਰੂਰਤ ਕਿਹੜੀ ਆ ਮੈਨੂੰ ਸ਼ਹਿਰੇ ਪਰਨਾਵਣ ਦੀ? ਮੈਂ ਤੈਨੂੰ ਫਰਨਾਇਆ, ਉਹ ਮੇਰੇ ਵਾਸ ਸੁਣਦੀ ਨਾ ਤਾਂ ਮੈਂ ਤਾਂ ਸੱਸਿਆ ਪੂਰੇ ਟੱਬਰ ਨੂੰ ਇੰਨੇ ਲਾਏ ਤੇ ਬਵਾਂ, ਤੇਰੀਆਂ ਜ਼ਿੱਦਾਂ ਹਨ, ਹੁਣ ਮੈਂ ਦੋਲੀ ਪਿਆ ਲੈਨਾ, ਹੁਸਨ ਬਾਨੋ ਫਰੀ ਮੈਨੂੰ ਲਾਏ ਦਿਓ ਹੁਣ ਇਹ ਤੀਆਂ ਦੀ ਪਈਆਂ। ਤੂੰ ਹੋਰ ਮੈਂ ਕੀ ਆਖਾਂ, ਓਏ ਹੌਲੂ ਬੋਲੋ, ਮੈਂ ਕਿਉਂ ਹੌਲੀ ਬੋਲਾਂ, ਮੈਂ ਦੱਸ ਛੜਿਆ ਕਿ ਮੈਂ ਇੱਥੇ ਨਹੀਂ ਰਹਿਣਾ ਤੇ ਮੈਂ ਨਹੀਂ ਰਹਿਣਾ। ਚੁੱਕ ਏਸੀਆਂ ਦੀ ਇਹ ਲਵਾ ਦਿਓ, ਏਸੀ ਲਵਾ ਦਿਓ ਇਹਨੂੰ, ਇਹਦੇ ਸਾਰੋ ਏਸੀ ਕੀ, ਮੈਂ ਇੱਥੇ ਕੋਈ ਚੱਜ ਦੀ ਸ਼ੈ ਵੀ ਨਾ। ਓ ਚੁੱਪ ਸਾਰੋ, ਮੈਂ ਨਹੀਂ ਇੱਥੇ ਰਹਿਣਾ। ਇਹਨੂੰ ਏਸੀ ਟਾਈਮ ਵਿੱਚ ਬਹਾ ਤੇ ਟੀਤਰ ਟਟਾ ਤੇ ਦੇ ਲਾਹੌਰ ਤਾਈਂ ਏਸੀ ਦੇ ਵਿੱਚ ਜਾ ਕੇ ਬੈਠੀ ਰਹੇ, ਤੈਨੂੰ ਪੇਤਿਆਂ ਤੇ ਦੱਸ, ਤੂੰ ਤਾਂ ਇੱਥੇ ਏਸੀ ਆ ਨਹੀਂ ਨਾ। ਦੇਖਿਆ ਤੇ ਮੈਂ ਜਾ ਸਨਾ ਤੇ ਇਹ ਵੀ ਨਾਲ ਦੱਸੀ, ਇਹਨੂੰ ਮੈਂ ਤਾਂ ਕੋਈ ਨਹੀਂ ਛੱਡ ਕੇ ਜਾਣਾ, ਇਹ ਵੀ ਤੁਹਾਡੀ ਭੋਲ ਲੈ ਸਾਰੇ ਨੂੰ ਤੂੰ ਲਾਇ ਤੇ ਦੱਸੇ ਇਸ ਬਾਲੜੀ ਦੀ ਅਸਾਥਿਆ ਮੈਂ ਵਾਲਾ ਕੀ ਕਰਿੰਦਾ ਪਿਆ, ਸ਼ਹਿਰ ਦੀ ਸਵਾਣੀ ਹੈ ਤੂੰ, ਐਵੇਂ ਕਾਵੜੇ ਲੱਗ ਜਾਂਦਾ, ਅਸੀਂ ਤੇਰੇ ਅੱਗੋ ਐ ਗੁਲਾਮ ਬਣ ਕੇ ਨਹੀਂ ਸਿਰਾਂਦੇ। ਉਹ ਤੁਸੀਂ ਤਾਂ ਗੁਲਾਮ ਬਣ ਚ ਰਹਿੰਦੇ, ਉਹਨੂੰ ਦੱਸੋ ਵੀ ਸਾਡਾ ਸਿਆਣਾ ਫਿਰਾ ਜਿਵੇਂ ਉਹ ਸਾਥਣਾ ਇੰਜ ਹੋਣਾ, ਪਰ ਉਹਨੂੰ ਹਾਲੀ ਤਾਈਂ ਗੁਲਾਮੀ ਤੇਰੀ ਮਨਜ਼ੂਰ ਨਹੀਂ ਪਈ ਹੁੰਦੀ ਨਾ। ਮੋੜੋ ਮੋੜੇ ਸਾਰੇ ਚ ਰਹੂ ਸਾਈ ਨਹੀਂ।
ਅੱਛਾ ਮੈਂ ਜਾਂਦਾ ਪਿਆ ਮਤਾ ਈ ਦੀ ਰਾਮ ਤੇ ਉੱਥੋਂ ਤੋਂ ਬੰਨੇ ਤੂੰ ਦਾ ਸ਼ਾਹ ਨਾ ਹੋ ਜਲੈ ਜਾਂ ਤੋਈ ਪਰਿੰਦਾ ਜਾ ਤੇ ਨਾ ਛੱਲੀ ਨਾ ਵਿੱਚ ਸਾਥਿਆ ਥਾਵੇਂ ਨਾ ਲੱਗ ਜਾਵੇ। ਵਾਹ ਬਈ ਵਾਹ, ਐਵੇਂ ਨਹੀਂ ਕਿਸੇ ਆਖਿਆ ਬਈ ਬਹੁ ਸਿਆਣਾ ਹੈ, ਵੇਖੋ ਨਾ ਪਰਿੰਦਾ ਆ ਕੇ ਜਿਹੜਾ ਹੈ ਨਾ ਛੱਲੀ ਤੂੰ ਜਾ ਕੇ ਦਾਣੇ ਨਾ ਲਾਵੇਣ ਲੱਗ ਜਾਵੇ, ਉਹ ਪਰਿੰਦਾ ਹੀ ਆ। ਕੀ ਕਰੇ ਬੰਦਾ, ਕਿਹੜੇ ਗਾਰੇ ਪੈਦਾ ਹੋ ਗਿਆ। ਨੀਂਦਰ ਆਈ ਉਸਨੂੰ ਪੂਰੀ ਰਾਤ ਕੀ ਕਰਦੀ ਰਹੀ, ਤਾੜੇ ਗਿਣਦੀ ਰਹੀ ਤੇ ਨੀਂਦ। ਮੈਨੂੰ ਨੀਂਦਰ ਆਈ ਹੈ, ਮੈਂ ਸੌਂ ਜਾ ਕੇ। ਆਈ ਸੌਣਾ ਨੂੰ ਮੈਂ ਸਾਰੇ ਸਾਹ ਘਾਟ ਚੋਂ ਲੈ ਚੁ, ਪਹਿਲੇ ਆ ਤੇ ਕੰਮ ਘਰ ਦਾ ਤੇ ਮੁਕਾ ਲਈਏ ਤੇ ਨੀਂਦਰ ਆਈ ਹੋਈ ਸੌਣ ਤੇ ਦੇ। ਅੱਗੇ ਤੂੰ ਬਹੁਤ ਲੇਟ ਦਮੇ ਉੱਠੀ ਤੂੰ, ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕੀਤੀ, ਤੇਰਾ ਵਿਰਾਹ ਆਦਾ ਸੁੱਤੀ ਰਹੋ ਦੇ ਮੇਰੀ ਭੈਣ ਨੂੰ ਸੁੱਤੀ ਰਹੋ, ਮੈਂ ਸਾਰੇ ਘਰ ਦਾ ਕਰ ਲੈਂਦੀ ਐਨ ਤੇ ਆ ਕੇ ਜੇ ਕੋਈ ਕੰਮ ਕਰਨਾ ਪੈ ਜਾਵੇ ਮੁੜ ਤੇ ਨੀਂਦਰ ਆ ਜਾਂਦੀ ਆ। ਨਾ ਪਜਾੜੂ ਦੋਧੀ ਆਵਣ ਵਾਲਾ ਲਾ ਝਾੜੂ ਤਾਂ ਚੁੱਲ੍ਹੇ ਚੋਂ ਸਾਹ ਵੀ ਕੱਢ। ਮੋਟਰਸਾਈਕਲ ਪਿੱਛੇ ਨਾਲਾ ਪਿਆ ਬੰਦਾ ਤੇ ਹੁਣ ਦੁੱਧ ਕੌਣ ਚੋਂਦਾ? ਪਾਣੀ ਪੀਂਦਾ ਉੱਤੂ ਦਾਰ ਕੱਢਦਾ, ਜਿਹੜੀ ਆ ਜਿਹੜੀ ਜਾਗ ਨਹੀਂ ਨਾ ਗਈ ਇਹ ਇਸੇ ਵਜ੍ਹਾ ਤੋਂ ਨਹੀਂ। ਅੱਛਾ ਮੈਂ ਤਾਂ ਮੇਰੀ ਗੱਲ ਸੁਣ, ਫੈਟ ਪੂਰੀ ਹੁੰਦੀ ਹੈ ਨਹੀਂ ਹੁੰਦੀ? ਮੇਰੀ ਤਾਂ ਪੂਰੀ ਹੋ ਜਾਂਦੀ ਹੈ ਨਾ, ਤੈਨੂੰ ਵੇਖ ਲੈਣਾ ਵਾ। ਵੇਖ ਲੈ ਮੋੜ, ਅਜਾ ਪਿੰਨੀ ਨਾਲ ਨੂੰ ਇਹਦੇ ਨਾਲ ਤੂੰ ਫਸ ਕੀ ਦੂ ਗਈ? ਮੈਂ ਥੋੜੀ ਨਾ ਫਸੀ ਆ, ਮਾ ਕੇ ਫਸ ਕਿਵੇਂ ਗਈ ਆ? ਮੇਰੇ ਮਾਂ ਪਿਓ ਵੇਖ ਕੇ ਰਿਸ਼ਤਾ ਤੇਰੇ ਦੇਰ ਕਿਦੂ ਚੇਰ ਪੱਟੀ ਚਿੱਟੀ ਖਮੂਰ ਹੁਣ ਉਸ ਤੇ ਆਖ ਰਹੀ। ਨਹੀਂ 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 ਨਹੀਂ, ਮੈਂ ਅੱਗੇ ਦੇ ਸੁਣਦੀ ਪਈ ਆ ਜਿਹੜਾ ਤੈਨ ਪਰਸੋ ਦੁੱਧ ਦੇਵਣ ਆਈ ਆ, ਦੁੱਧ ਦੇ ਨਾਲ ਹੱਥ ਆਈ ਵੀ ਅਗਾ ਕੀਤਾ ਮੈਂ ਸਾਰਾ ਵੇਦੀ ਰਹੀ ਆ। ਨਹੀਂ ਨਹੀਂ ਨਹੀਂ, ਮੈਂ ਤੇਰੇ ਮਗਰ ਹੁੰਨਾ, ਮੇਰੇ ਮਗਰ ਤੂੰ ਨਾ, ਤੂੰ ਅਗਾ ਵੀ ਵੇਦਾ ਪਿਆ ਅਗਾ ਜਿਸ ਟਾਈਮ ਵੇਖਿਓ ਨਾ ਤੇ ਮੈਂ ਤੇਰੀਆਂ ਦੋ ਮੇਖੀ ਕੱਢ ਛੱਡਣੀਆਂ ਹੀ ਨਹੀਂ। ਕਿਤੇ ਗਿਓ ਐ ਸਿਆਣਾ? ਸਿਆਣਾ ਬਾੜੇ ਤਾਂ ਤੈਨੂੰ ਪਤਾ ਮੇਰਾ ਘਰ ਵਾਲਾ ਕਿੱਡਾ ਸਿਆਣਾ, ਤਰੋਟ ਮੋਇਆ ਕਿ ਸਾਰੇ ਇੱਥੇ ਇਹਦੇ ਵਿੱਚ ਸਿਆਣਾ ਕਿਉਂ ਮਸ਼ਹੂਰ ਹੈ? ਸਿਆਣ ਪੋਜ ਹੋਏ, ਅੱਗੇ ਦਿਨ ਪਿਆ ਮੈਨੂੰ ਉਲਟੀਆਂ ਆਈਆਂ, ਏਡਾ ਸਿਆਣਾ ਮੈਨੂੰ ਆਈਆਂ ਉਲਟੀਆਂ ਹੈ ਜਾ ਪਿਆ ਦਾਲ ਚਣਿਆਂ ਦੀ ਖਾ ਕੂ ਤੋਂ ਬਾਅਦ ਉਹ ਪੀ ਬੈਠੀ ਮੈਂ ਯਾਦ ਦੇਖੋ ਉਹ ਮੈਨੂੰ ਉਲਟੀਆਂ ਆਈਆਂ। ਫੋਨ ਚਾ ਕੀਤਾ ਹਲਵਾਈ ਨਾਈ ਨੂੰ, ਆਖਿਓ ਆ ਕੇ ਸਾਰਾ ਦੇਗਾ ਵੀ ਉਹ ਕੀ ਮਿਠਾਈ ਕਾਟ ਜਾਓ ਤੇ ਇਹ ਕਾਟ ਜਾਓ ਤੇ ਉਹ ਕਾਟ ਜਾਓ, ਮੈਂ ਕਿਹਾ ਕਿਉਂ ਨਾਨਕ ਨਹੀਂ ਹੋਇਆ ਹੋਇਆ ਕਿਉਂ ਤੋ ਇਹ ਕਰਨੇ? ਨਹੀਂ ਨਹੀਂ ਮੈਂ ਨਹੀਂ ਕਰਨਾ, ਹਾਂ ਛੋਰੇ ਕਹਿੰਦਾ ਪਿਆ ਬਈ ਰਹਿਣਾ ਸਿਆਣੇ ਦੀ ਭੈਣ ਉਹ ਮੈਂ ਲਵਾਂ। ਸਿਰਫ ਆ ਨਾ ਤਕਰੀਬਨ 20 ਦਿਨ, 20 ਦਿਨਾਂ ਬਾਅਦ ਗੱਡੀ ਰੱਖੀ ਜਾਣੀਆਂ, ਅੱਡੇ 2 ਮਹੀਨੇ ਚ ਸ਼ਾਦੀ ਕਰ ਛੱਡਣੀ, ਗੱਲਬਾਤ ਹੋ ਗਈ ਸੀ, ਹੋ ਗਈ ਸਮਾਂ ਸਮੂਨ ਸਾਰਾ ਬਣ ਗਿਆ, ਉਹਦਲੇ ਕਾਲੇ ਆ ਨਾ ਸੀ ਖਲੇ ਸੀ, ਮੈਂ ਕਿ ਸਿਆਣਾ ਦਾ ਪਿਤਾ ਦੇ ਰੋਕ ਕੇ ਕਰਸਾਂਗੇ। ਮੈਂ ਤਾਂ ਕੋਈ ਨਹੀਂ ਵੇਖੀ ਹੋਈ, ਵੇਖੀ ਹੋਈ ਕੋਈ ਨਹੀਂ ਤੇ ਮੋੜ ਉਹ ਦੇਖਿਓ ਬਾਰ ਬਾਰ ਤੱਕ ਪਿਆ। ਨਹੀਂ ਨਹੀਂ ਛੋਰਾ ਕਬੱਡੀ, ਹਾਂ ਉਹ ਪੇਦਸਤਾ ਵੀ ਸੋਹਣੀ, ਓਲੇ ਛੋਏ ਸੋਹਣੇ ਛੇਰੇ ਉਹ ਪੇਦਸਤਾ, ਉਹ ਪੇਦਸਤਾ ਤੇ ਤੋਏ ਵੇਖੀ ਹੋਈ ਕੋਈ ਨਹੀਂ, ਤੇਰੀ ਮਦੀ ਰਾਣੀ ਵੇਖੀ ਉਹ ਭਈ ਚਿੱਟੀ ਖਮੋਰੇ ਸ਼ਹਿਰ ਚ ਪਰਨਾ ਕੀ।
ਨਹੀਂ ਕੱਢੀ ਨਹੀਂ ਹੋਰ ਜੇਲ ਵਿੱਚ ਲੈ ਕੇ ਆਂਦੀ ਜੇਲ ਕਤਲ ਕਰਕੇ ਆਈ ਆ ਉਥੋਂ ਨਾਸ ਕੇ ਆਈ ਹੈ ਕਿਉਂ ਕਵੇੜ ਗਈ ਆਪਣੇ ਤੇ ਕੋ ਦੁੱਖ ਸੁੱਖ ਦੀ ਕਰ ਕੋਈ ਦੁੱਖ ਸੁੱਖ ਤੇ ਨਹੀਂ ਕਰ ਪੈਸੇ ਨਾ ਪੈਸੇ ਜੇ ਸਲ ਮੇਰਾ ਵਿਰਾਹ ਪਿਆਂ ਦਾ ਉਠੀ ਸਾਂ ਨਾ ਮੈਂ ਐਂ ਪਾਈ ਪਾਈ ਦਾ ਹਿਸਾਬ ਕਰਕੇ ਲੈ ਠੀਕ ਹੈ ਹੁਣ ਕਾਵੇੜ ਕਿਉਂ ਗਈ ਹੈ ਤੂੰ ਦੁੱਧ ਜਾ ਤੇ ਉਹ ਰਗਾ ਕੇ ਮੈਨੂੰ ਪਾਤ ਜਾਗਾ ਅਗਾ ਦੁੱਧ ਮੈਂ ਨਹੀਂ ਤੇਂਦੇ ਹੁਣ ਮੇਰਾ ਘਰ ਆ ਲਈ ਉਸੇ ਦੁੱਧ ਦੇਵਾ ਗਲਤੀ ਦੀ ਮਾਫੀ ਦੇ ਆ ਤੇਰੀ ਖਾਡੀ ਪੈਣਾ ਪੁੱਤ ਵੇ ਖਾਡੀ ਆਏ ਨਹੀਂ ਇਹ ਮੱਥਾ ਹੈ ਖਾਡੀ ਉਹ ਵੀ ਮਾਸ ਤੇ ਵੀ ਮਾਸ ਚਲੋ ਠੀਕ ਹੈ ਕੋਈ ਵੇਂਦੇ ਹੀ ਹੋਣਾ ਹੁਣ 5 ਕਿਲੋ ਹੋ ਗਏ ਓਏ ਤੇ ਗਾਗੇਰ ਤੇ ਉਹਰਾ ਮੈਨੂੰ ਦੇ ਛਾਡੋ ਦੇ ਜਾਣਾ ਦੇ ਜਾਣਾ ਮੈਂ ਖਲੀ ਆ ਨਮੂਨਾ ਜਿਆ ਨਾ ਹੋਵੇ ਤਾਂ ਅਬ ਦਾ ਤਾਲ ਲਾਈ ਵਦਾ ਮੈਂ ਨਿਨਾਣ ਤੇ ਵੀ ਤੇ ਬੀਬੀ ਰਾਣੀ ਤੇ ਵੀ ਹੁਣ ਮੈਂ ਨਜ਼ਰ ਤੇ ਕੋਰੀ ਹੋਏ ਤੇ ਕਿੰਮਾ ਹੀ ਕਾਟ ਛੜਨਾ ਓ ਯਾਰ ਇਹ ਹਰਸ਼ਾ ਲਾ ਦਿੱਤੇ ਤੂੰ ਹੋਰਾਂ ਤੇ ਓਮ ਦਾ ਪਿਆ ਹੈ ਹੈ ਉਹ ਦੋਸਣਾ ਸੀ ਸਮਾਣੀ ਮਰੋ ਤੇ ਲੜੇ ਹੋਏ ਆ ਉਹ ਸਿੱਧੇ ਮੱਥੇ ਮੈਨੂੰ ਬੁਲਾਈਂਦੀ ਨਹੀਂ ਪਈ ਤੇ ਬਾਲ ਫੜੋ ਲੇਚੂ ਹੋ ਜਾਣ ਹਰਸ਼ਾ ਰਾਣ ਦੇ ਸਹੀ ਯਾਰ ਓ ਯਾਰ ਧਰ ਦੇ ਵਿੱਚ ਲੜਾਈਆਂ ਸਹੀ ਨਹੀਂ ਫੁੰਮਦੀਆਂ ਹੈ ਹੁਣ ਜ਼ਰੂਰ ਇੱਥੇ ਆ ਤੇ ਜਲੇਬੀ ਸਗਣੀ ਆਈ ਤੇ ਤੂੰ ਰਜਦਾ ਹੈ ਬੰਦ ਸਾਰ ਫੋਨ ਹੁਣ ਮੁੱਠੂ ਵੇ ਮੁਲੋਸ ਨਹੀਂ ਪਿਆ ਥਲਿੰਦਾ ਮੁਲੋਸ ਦੀਆਂ ਦੱਲਾਂ ਹੀ ਨਹੀਂ ਪਈਆਂ ਸੱਸਿਆ ਹੁਣ ਬਰਦਾਸ਼ਤ ਹੁੰਦੀਆਂ ਮੈਂ ਸਿਮਰੋ ਤੂੰ ਜਾਵਾਂ ਤੇ ਜਾਵਾਂ ਤੇੜੀ ਫਸ ਕੀ ਹੋਇਆ ਭਾਈ ਹੈ ਕੀ ਹੋਇਆ ਉਹ ਹੋਇਆ ਜਿਹੜਾ ਸੱਸਿਆ ਨਾ ਹੋਣਾ ਉਹ ਹਲਵਾਈ ਨੂੰ ਫੋਨ ਤਾਰ ਬੈਠੋ ਮਤੀ ਸਮੂ ਦਾਲਤੇ ਦੇ ਵਿੱਚ ਉਹ ਪਿੱਛੇ ਤੇਰੀ ਭਰਜਾਈ ਸਾਰੀ ਹਕੀਕਤ ਦੱਸੀ ਹੈ ਤੇ ਹੁਣ ਪੈਂਦਾ ਇੱਥੇ ਮੈਂ ਸਮਾਨ ਲਾਤੇ ਰਿਸ਼ਤੇ ਤੇ ਆਉਂਦਾ ਪਿਆ ਤੇ ਸਿੱਧਾ ਲੈ ਤੇਰਾ ਮੂੰਹ ਫੜਾ ਮੈਂ ਆਖਿਆ ਤੁਸੀਂ ਸ਼ਹਿਰ ਕੋਈ ਜਾਣਾ ਸ਼ਹਿਰੋਂ ਮੈਂ ਤਾਲ ਤਾਂ ਆਇਆ ਸਾਰਾ ਸੌਦਾ ਲਾ ਜਾਂਦਾ ਦਾਲੂ ਵੀ ਸਾਰੀਆਂ ਲਾ ਜਾਂਦੀਆਂ ਦਿਓ ਤੇ ਸ਼ਮੀਰ ਲਾ ਜਾਂਦਾ ਰੂਹ ਅਫਜ਼ਾ ਦੀ ਬੋਤਲ ਲਾ ਜਾਂਦੀ ਹੈ ਬਾਤੀ ਠੰਡ ਚਾਹ ਹਰ ਸ਼ਾ ਪੂਰੀ ਚਾਵਲਾਂ ਤਾਂ ਤਾਰ ਸ਼ਾ ਲਾ ਜਾਂਦੀ ਮੋੜ ਤੇ ਅੜੀ ਸ਼ਹਿਰ ਆ ਦਈਏ ਉਹ ਤਾਰ ਸ਼ਾ ਲੈ ਆਂਦੀ ਨੇ ਮੈਂ ਵੀ ਕੋਈ ਚੀਜ਼ ਲੈ ਆਉਣੀ ਤੂੰ ਹੁਤਮ ਥਾਰ ਸ਼ੈਂਪੂ ਲਵਣਾ ਹੈ ਸ਼ੈਂਪੂ ਲਵਣਾ ਹੈ ਤੇ ਦੇ ਵਾਸਤੇ ਲੋਸ਼ਨ ਨਹੀਂ ਲਵਣਾ ਨਹੀਂ ਸ਼ੈਂਪੂ ਤੇ ਦੇ ਵਾਸਤੇ ਨਾਵਣ ਵਾਸਤੇ ਸਾਡੀ ਜਿਹੜੀ ਨਾਨੀ ਆ ਨਾ ਤੇ ਸਾਡੀ ਦਾਦੀ ਉਹਨਾਂ ਤੰਦ ਨਾਲ ਸਿਰ ਧੋਤੇ ਤੇ ਉਹਨਾਂ ਦੇ ਲੱਸੀ ਨਹੀਂ ਲੱਸੀ ਹੁੰਦੀ ਛੱਟੀ ਜਿਹਨੂੰ ਤੰਦ ਸਦੇਨੇ ਆ ਉਹਦੇ ਨਾਲ ਸਿਰ ਧੋਤੇ ਤੇ ਮੇਰੀ ਨਾਨੀ ਦੇ ਏਡੇ ਲੰਮੇ ਵਾਲ ਹੁੰਦੇ ਹਨ ਹਿੱਤ ਬਾਜ਼ਾਰ ਵਿੱਚ ਤੁਰਦੀ ਜਾਂਦੀ ਹੋਵੇ ਆ ਤੇ ਦੂਈ ਬਾਜ਼ਾਰ ਦੇ ਵਿੱਚ ਧੀਆਂ ਪਿੱਛੂ ਵਾਲ ਫੱਦੀ ਵਧੀ ਹੁੰਦੀਆਂ ਲੱਸੀ ਦਾ ਏਡਾ ਸਮਾਲ ਆਈ ਆ ਲੱਸੀ ਵੀ ਲੱਸੀ ਨਾਲ ਤੇ ਲੱਸੀ ਨਾਲ ਦੋ ਹਿੱਤ ਜੂਆਂ ਮਰ ਜਾਂਦੀਆਂ ਦੂਏ ਨੰਬਰ ਤੇ ਵਾਲ ਬੜੇ ਲੰਮੇ ਹੁੰਦੇ ਤੇ ਤਰੀ ਦਾਲੇ ਜਿਹੜੀਆਂ ਤਰੀਮਾਂ ਨਾ ਇਹ ਵੱਤੀ ਰੰਦ ਥੜੇਂਦੀਆਂ ਉਸ ਤੋਂ ਬਾਅਦ ਬੰਦਾ ਬਿੱਲ ਤੇ ਥੁਸਰਾ ਡਿੱਠੇ ਹੀ ਤੋਈ ਰਾਤ ਨੂੰ ਜਦੋਂ ਫੰਕਸ਼ਨ ਤਰੇਂਦਾ ਹੈ ਨਾ ਇੰਨੀ ਤਰ ਤੇ ਆਪਣੇ ਦਰੋਪ ਦੇ ਵਿੱਚ ਰਾਤੀ ਉਹ ਬੜਾ ਸੋਹਣਾ ਲੱਗਦਾ ਉਹਦੇ ਉੱਤੋਂ ਦੇਲਾਂ ਦਾ ਬੰਦਾ 5,000 ਵਾਲੇ ਨੋਟਸ ਤੋਲ ਉਵੇਂ ਤੇ ਬੰਦਾ ਦਿੰਦਾ ਰਹੇ ਤੇ ਦੰਮੀ ਜਿਸੇ ਉਹਦਾ ਮਹਿਤਾਬ ਲੱਥੋ ਹੁੰਦਾ ਤੇ ਤੰਬੂਆਂ ਦੇ ਵਿੱਚ ਬੈਠੇ ਹੁੰਦੇ ਦੇਲਾਂ ਦਾ ਬੰਦਾ ਲਿਤੋਰ ਚਾਹ ਤੇ ਦਾਹ ਮਾਰੇ ਆਪਣੇ ਸਿਰੇ ਤੇ ਦਾਹ ਮਾਰੇ ਉਹਦੇ ਸਿਰੇ ਬਈ ਆਪਣੇ ਦਰ ਦਾ ਉਜਾੜਾ ਸਿੱਤੀ ਬੈਠਿਆ ਇਹ ਤਰੀਮਾਂ ਵਾਲੇ ਥਾਪ ਦੇ ਲਈ ਚੁੱਟੋ ਮੈਂ ਸਿਆਣਾ ਤੋਈ ਚਦਾਲ ਨਹੀਂ ਹਾਂ ਚੱਲ ਉੱਠੀ ਤਰੀਮ ਲੈਣੀ ਹਾਂ ਵਿਰਾਹ ਹੁਣ ਤਾਈ ਚਿੱਟਾ ਨਾ ਹੋਇਆ ਤਰੀਮਾਂ ਨਾਲ ਹੈ ਅੱਛਾ ਠੀਕ ਹੈ ਨਾ ਲੈ ਤਰੀਮਾਂ ਪਈਆਂ ਲੱਦਦੀਆਂ ਉਹ ਜੀ ਇਹ ਤਰੀਮਾਂ ਨਾਲ ਹਰ ਸ਼ਾ ਬੱਦੀ ਹੁੰਦੀ ਮੈਂ ਮੱਝੀ ਨਾ ਹੁਣ ਤਾਈ ਬੱਦੀਆਂ ਤਾਰ ਲੈਂਦਾ ਤਰੀਮਾਂ ਲਾ 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 ਤੇ ਮੇਰੀਆਂ ਮੱਝੀ ਤੱਟ ਤਾਲੀਆਂ ਤੁਸੀਂ ਮੈਨੂੰ ਚਦਲ ਬਣਾਓ ਸਿਆਣੇ ਨੂੰ ਇੱਕ ਤੇ ਮਿੰਟ ਬਾਅਦ ਇੱਥੇ ਕਚਰਾ ਆ ਜਾਂਦਾ ਹੈ ਇੱਕ ਤੇ ਇਹਨਾਂ ਦੇ ਕਿੱਕਰ ਹੀ ਨਹੀਂ ਬਾਅਦ ਆਉਂਦੇ ਇੱਕ ਆਪ ਬਾਅਦ ਨਹੀਂ ਆਉਂਦੇ ਮਿੰਟ ਬਾਅਦ ਝਾੜੂ ਮਾਰਨਾ ਪੈਂਦਾ ਮਿੰਟ ਬਾਅਦ ਝਾੜੂ
ਕੀ ਖਪਦੀ ਰਹਿੰਦੀ ਹੈ ਤੇ ਕੰਮ ਹੀ ਉਹ ਕਰਦੀ ਹੈ ਯਾਰ ਮੈਨੂੰ ਤਾਂ ਕੰਮ ਵਾਲੀ ਰੱਖ ਦੇਣੀ ਕਿ ਕੋਈ ਨਹੀਂ ਇਹ ਮੇਰੇ ਕੋਲ ਨਹੀਂ ਕੰਮ ਹੁੰਦੇ ਆ ਤੇ ਘਰ ਬਾਹਰ ਹੁਣ ਇੱਥੇ ਝਾੜੂਆਂ ਵਾਸਤੇ ਕੰਮ ਵਾਲੀ ਅਮ ਸੀ ਗਈ ਮੈਨੂੰ ਨਹੀਂ ਪਤਾ ਮੈਨੂੰ ਲੈ ਕੇ ਦੇ ਕੰਮ ਵਾਲੀ ਨਾ ਮੇਰੇ ਕੋਲ ਇਹ ਕੰਮ ਹੁੰਦਾ ਮਿੰਟ ਬਾਅਦ ਝਾੜੂ ਮਿੰਟ ਬਾਅਦ ਝਾੜੂ ਕੀ ਇਹ ਤੇ ਕਿੱਕਰ ਵੀ ਤੁਹਾਡੇ ਨਹੀਂ ਖਲੋਂਦੇ ਬਾਰ-ਬਾਰ ਇੱਥੇ ਕਚਰੇ ਪਏ ਹੁੰਦੇ ਨੇ ਮੈਨੂੰ ਗੰਦਗੀ ਪਸੰਦ ਨਹੀਂ ਹੈ ਤੇ ਜਿਹੜਾ ਇਨਸਾਨ ਗੰਦ ਕਰਦਾ ਉਹ ਕੋਈ ਨਹੀਂ ਹੁੰਦਾ ਤੇ ਇੱਕ ਕਿੱਕਰ ਛੋ ਦੇ ਪਾਤਰ ਉੱਤੋਂ ਸੁੱਕੇ ਡਾਹ ਜਾਂਦੇ ਇਨਸਾਨ ਦਾ ਤਾਂ ਮੈਨੂੰ ਪਤਾ ਨਹੀਂ ਮੈਂ ਤੇ ਗੰਦ ਕੀਤਾ ਨਹੀਂ ਮੈਨੂੰ ਕਿਸੇ ਇਨਸਾਨ ਦਾ ਨਹੀਂ ਪਤਾ ਮੈਨੂੰ ਇਹ ਕਾਜ ਵਿੱਚ ਇਹ ਗੰਦਗੀ ਜਦੋਂ ਸਿਆਣੇ ਨੂੰ ਪਤਾ ਲੱਗਾ ਨਾ ਕਿ ਮੇਰੀ ਸਵਾਣੀ ਹੁਣ ਡਿਮਾਂਡ ਕਰ ਰਹੀ ਹੈ ਇੱਥੇ ਨੁਕਰਾਨੀ ਰੱਖੋ ਤੇ ਉਦੋਂ ਮੇਰੇ ਖਿਆਲ ਹੈ ਚੋ ਮੈਨੂੰ ਹੀ ਘਰ ਛੱਡਣਾ ਹੈ ਨਾ ਅੱਛਾ ਬੋਤੀ ਗੱਲ ਨਾ ਕਰ ਮੇਰਾ ਨਾ ਦਿਲ ਕਰੇ ਸ਼ੈ ਖਾਣ ਤੇ ਕਿਹੜੀ ਸ਼ੈ ਖਾਣੀ ਮੈਂ ਖਾਣਾ ਪੀਜ਼ਾ ਤੇ ਨਾਲੇ ਕੋਕ ਦੀ ਬੋਤਲ ਵਾ ਪੀਣੀ ਹੈ ਮੇਰੇ ਕਾਫੀ ਦਿਨ ਹੋ ਗਏ ਮੇਰਾ ਦਿਲ ਕਰ ਰਿਹਾ ਮੈਂ ਤੈਨੂੰ ਆਖਿਆ ਨਹੀਂ ਓਏ ਪੀਜ਼ਾ ਕਿਹੜੀ ਬਲਾ ਦਾ ਨਾਂ ਹੈ ਤੈਨੂੰ ਪੀਜ਼ਾ ਦਾ ਹੀ ਨਹੀਂ ਪਤਾ ਹੈ ਕੀ ਤੁਸੀਂ ਕਦੀ ਦੁੱਧ ਪੀਂਦੇ ਹੋ ਕਦੀ ਲੱਸੀ ਪੀਂਦੇ ਹੋ ਸ਼ਾਮ ਟਾਈਮ ਕਦੀ ਦਿਨ ਨੂੰ ਕਦੀ ਸ਼ਾਮ ਨੂੰ ਕਦੀ ਦਿਨ ਨੂੰ ਕਦੀ ਸ਼ਾਮ ਨੂੰ ਲੱਸੀ ਦੁੱਧ ਲੱਸੀ ਦੁੱਧ ਮੈਂ ਪੀ ਪੀ ਕੇ ਅੱਕ ਗਈ ਹਾਂ ਮੈਂ ਨਹੀਂ ਇੱਕ ਐਸਾ ਉਹ ਇੰਨਾ ਚੀਜ਼ਾਂ ਨਾਲ ਬੰਦੇ ਦੀ ਸਿਹਤ ਬਣਦੀ ਹੈ ਖਾਂਦੀ ਨਹੀਂ ਹੈ ਤੁਮਾਰ ਇਹ ਦੇ ਮੈਂ ਤੇ ਸੁਣਦਾ ਪਿਆ ਭਲਾ ਪਈਆਂ ਦੀ ਏ ਪਈਆਂ ਦੀ ਏ ਅੱਛਾ ਘਰ ਨੂੰ ਖੂਬਸੂਰਤ ਰੱਖਣਾ ਚਾਹੀਦਾ ਹੈ ਅੱਛਾ ਤੇ ਉਹ ਪੀਜ਼ਾ ਜਿਆ ਤੇੜੀ ਛਾਏ ਉਹ ਪੀਜ਼ਾ ਤੇੜੀ ਛਾਏ ਉਹ ਪੀਜ਼ਾ ਸਾਡੇ ਨਾਨੇ ਸਾਡੀ ਨਾਨਾ ਸਾਡੀ ਦਾਦੀ ਸਾਡੇ ਦਾਦੇ ਸੁੱਤਿਆਂ ਸੁੱਤਰਾਂ ਤੇ ਵੀ ਪਾਣੀ ਸੱਟ ਤੇ ਥੱਦਾ ਹੈ ਲੱਸੀ ਨਾਲ ਫੁੱਲਤੇ ਭੀੜੇ ਨੂੰ ਇਹ ਇੱਥੇ ਪੀਜ਼ਾ ਖਾਂਦੀ ਹੁਣ ਮੈਂ ਇਹ ਸਭ ਮੈਂ ਆਉਣੇ ਵੀ ਸਹਿਣਾ ਵੇ ਆ ਵੀ ਆਪਣੀ ਮਰਜ਼ੀ ਦਾ ਮੈਂ ਕੋਈ ਸ਼ੈ ਖਾ ਪੀ ਵੀ ਨਹੀਂ ਸਕਦੀ ਉਹ ਭੋਏ ਚ ਨਿਤਲੀ ਹੋਈ ਥੋਮ ਦੀ ਨੂੰ ਉਹ ਸਿੰਦਰ ਬਰਦਾਰ ਜਾਏ ਤੇ ਸ਼ਵਾਰ ਮੈਂ ਜਾਏ ਪਤਾ ਨਹੀਂ ਵਿੱਚ ਡੱਡੂ ਛੱਡੀ ਕੋਪ ਤੇ ਖਾ ਕੋਈ ਸ਼ੈ ਖਾ ਵੀ ਨਹੀਂ ਸਕਦੀ ਆ ਮੈਂ ਹੈ ਮੈਂ ਆਪਣੀ ਮਰਜ਼ੀ ਦੀ ਕੋਈ ਸ਼ੈ ਵੀ ਨਹੀਂ ਖਾ ਸਕਦੀ ਮੈਂ ਪਰ ਨਹੀਂ ਕਿ ਨਹੀਂ ਮੈਂ ਜੇਲ ਖਾਨੇ ਦੇ ਵਿੱਚ ਆ ਗਈ ਆ ਤੂੰ ਜੇਲ ਖਾਨੇ ਚ ਆ ਗਈ ਐਡਾ ਦਬਾੜਾ ਜੇ ਅਸਾਂ ਬਣਾਇਆ ਅਚਾਰ ਦਾ ਉਹਨੂੰ ਭੀੜ ਸਾਦ ਪੇ ਉਹਨੂੰ ਭੀੜ ਨਾ ਮੈਂ ਇੱਕ ਖਾਸ ਫੂਸ ਮੈਂ ਨਹੀਂ ਖਾਂਦੀ ਨਾ ਕਦੀ ਅਚਾਰ ਖਾਦੇ ਨੇ ਤਾਂ ਨਾ ਮੈਂ ਘਾਸ ਫੂਸ ਖਾਂਦੀ ਆ ਠੀਕ ਹੈ ਮੈਂ ਸ਼ਹਿਰ ਦੇ ਖਾਣੇ ਖਾਣੇ ਨੇ ਠੀਕ ਹੈ ਤੁਹਾਨੂੰ ਬਰਦਾਸ਼ਤ ਹੁੰਦਾ ਤਾਂ ਠੀਕ ਹੈ ਨਹੀਂ ਤਾਂ ਮੈਨੂੰ ਸ਼ਹਿਰ ਨਾ ਚਲੀ ਜਾਂਦੀ ਮੈਂ ਆਪਣਾ ਘਰ ਮੈਨੂੰ ਸ਼ਹਿਰ ਲੈ ਕੇ ਦੇਣਾ ਤਾਂ ਠੀਕ ਹੈ ਨਹੀਂ ਤਾਂ ਮੈਂ ਕੁੜੀ ਲੈ ਜਾਣੀ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਬਾਰ ਬਾਰ ਮੇਰੀ ਬਰਦਾਸ਼ਤ ਦੀ ਬਾਹਰ ਹੋ ਗਈ ਇਹ ਚੂੜੀ ਦੀ ਤੂੰ ਸਾਨੂੰ ਬੜੀ ਧਮਕੀ ਦੇਣੀ ਹੈ ਮੁੰਡਾ ਦੀ ਵਾਹ ਉਹ ਹੀ ਖਲੋਤੀ ਹੈ ਇਸੋ ਹਾਂ ਇਸ ਅਜੇ ਤਾਈ ਤੈਨੂੰ ਤਨ ਫਦਾ ਤੇ ਤੈਨੂੰ ਸੋਟੇ ਵੀ ਮਾਰਨੇ ਹਨਾ ਤੂੰ ਸਾਡੇ ਆ ਤੇ ਸੱਤਿਆ ਨਾ ਤਾਂ ਵਟਾਈ ਥਲਾ ਕੋਈ ਤੂੰ ਕਾਰ ਮੋੜ ਹੁਣ ਮੈਂ ਕੀ ਕਰਾਂ ਮੇਰੇ ਤਾਂ ਅੱਖੇ ਹੀ ਨਹੀਂ ਲੱਗਦੀ ਪਈ ਪੈਰੀ ਪੈ ਜਾ ਬਸ ਤੇ ਮੁੱਠੀ ਭਾਰ ਜੇ ਤੇ ਮੰਨ ਜਾਵੇ ਸਹੀ ਹੋ ਜਾਸੀ ਇਹ ਤਾਂ ਬਾਕੀ ਦਾ ਲੱਥ ਦੀ ਲਾਨਾ ਸੀ ਨਹੀਂ ਹੈ ਸਦੀ ਤਾਂ ਸਮੇਂ ਦੇ ਜਾਵੇ ਮੁੱਠੀ ਜਾ ਤੇ ਭਰੇ ਨਾ ਸਿਆਣੇ ਫਿਰਾ ਦਾ ਨਾ ਤਵਠਾਉਂ ਸਲਾ ਮੁੜ ਕੀ ਕਰਾਂ ਮੈਂ ਤਪੜੇ ਬੰਨ ਛਾਪਰੇ ਘੱਟ ਇਹਦੇ ਸਿਰ ਦੇ ਉੱਤੇ ਰਸ ਦੱਟ ਤੇ ਛੋਇਰ ਫੜ ਲਈ ਨਹੀਂ ਤਾਂ ਮੈਂ ਸੱਚਾ ਜਾਣ ਬਤਾ ਧਣ ਤਾਰ ਦਿਸ ਠੀਕ ਹੈ ਤਾਂ ਦੱਸ ਹੁਣ ਇਹ ਧਮੀ ਆਟਾ ਸੇੜੀ ਜਣੀ ਦੁੱਧਾ ਉਹਦੇ ਨਾਲ ਅੱਧਾ ਹੋਰ ਰਲਾ ਤੇ ਦੁਪਹਿਰੀ ਜਾਣਾ ਥਵਿਆ ਇਹ ਮੈਂ ਤੁਹਾਨੂੰ ਦੱਸਾਂ ਦੇ ਜਾਵਾ ਕੀ ਜਾਤੀਆਂ ਕਿ ਤੈਨੂੰ ਪਿਆ ਦੁੱਧ ਵਾਸਤੇ ਖਲੋਤਾ ਦੁੱਧ ਵਾਸਤੇ ਤਾਂ ਮੈਂ ਲਈ ਨਹੀਂ ਹੁੰਦਾ ਦੁੱਧ ਯਾਰ ਇੱਕੇ ਬੰਦੇ ਦੇ ਇੱਥੋਂ ਦਿਵਾਇਆ ਕਰੋ ਅਸੀਂ ਫਰਕ ਪੈ ਜਾਂਦਾ ਦੁੱਧ ਪਤਲਾ ਹੋ ਜਾਂਦਾ ਹੈ ਅੱਗੋਂ ਫੈਟ ਪੂਰੀ ਨਹੀਂ ਆਉਂਦੀ ਕੀ ਮੈਂ ਕੋਈ ਸਮਝਿਆ ਨਹੀਂ ਤੇਰੀ ਗੱਲ ਨਹੀਂ ਤੇਰੀ ਭਰਜਾਈ ਦੁੱਧ ਦੇ ਜਾਵੇ ਨਾ ਉਹ ਮੋੜ ਵੱਲ ਆਉਂਦਾ ਐ ਵੇਖਿਆ ਨਾ ਇਹ ਆਏ ਵੇ ਥੋੜੀ ਜਿਜਾ ਘਟਾ ਪਿੱਛੋਂ ਪਾਣੀ ਅੱਗੇ ਡੇਢ ਕਿਲੋ ਸਾਰਾ ਤੋਂ ਸਾਰੇ ਬਣਾਉਂਦਾ 2 ਕਿਲੋ ਭਲਾ ਇਹ ਕੋਈ ਹੱਥਾਂ 'ਚ ਹੀ ਫਰੋਕ ਪਾ ਜਾਂਦਾ ਪਾਇਆ ਜਾਂਦਾ ਹੈ ਸਵਾਰੀ ਨਾ ਥੋੜੀ ਜਿਹੀ ਨੀਆਂ ਤੇ ਫਰੋਕ ਪਾ
ਤੋ ਬਿਲਕੁਲ ਠੀਕ ਨਜ਼ਰ ਹਮਸੀ ਤੈਨੂੰ ਮੈਂ ਗਲਤ ਗੱਲ ਕਰਦਾ ਪਿਆ ਗਲਾ ਤੋ ਜਿਹੜੇ ਪਿੱਛੋਂ ਆਈ ਐ ਲਈਆਂ ਲੈਂਦਾ ਗੱਤੀ ਐ ਕੀ ਮਸਲਾ ਲਈਆਂ ਨਹੀਂ ਲੈਂਦਾ ਪਿਆ ਹੁਣ ਸੰਦੋਤ ਹੁਣ ਘਰ ਤੇ ਕੋਈ ਨਹੀਂ ਵੜ ਜਾਵਣਾ ਗੱਲ ਸੁਣ ਬੇਲੀ ਸਿਆਣੇ ਨੂੰ ਪਤਾ ਨਾ ਲੱਗੇ ਮੇਰੀ ਉਹ ਤਾਂ ਸਿਆਣਾ ਤੋਂ ਪਤਾ ਲੱਗ ਜਾਣਾ ਜਿਹੜੀ ਗੱਲ ਵੀ ਹੋਈ ਯਾਰ ਕਾਹੇ ਨੂੰ ਗੱਲ ਉਹਨੂੰ ਨਾ ਦੱਸੀ ਕਿਤੇ ਹਿਸਾਬ ਕਿਤਾਬ ਦੇ ਵਿੱਚ ਜੜ ਦੇਵੀ ਨਹੀਂ ਤਾਂ ਸਵਾਣੀ ਮੇਰੀ ਗਈ ਲੱਗਿਆ ਤੂੰ ਰੋਸ ਜਾਵਣਾ ਉਸ ਕੀ ਬਣਿਆ ਪੜਿਆ ਉਹ ਕੋਈ ਆਉਂਦੀ ਹੈ ਕੋਈ ਪੀਜ਼ਾ ਜਿਹਾ ਕੋਈ ਅਖੇ ਹੁੰਦਾ ਹੈ ਉਹ ਮੈਂ ਟੁੱਕਰ ਹੀ ਹੁੰਦਾ ਹੈ ਤੂੰ ਉੱਤੇ ਮਿਰਚਾਂ ਵਿੱਚ ਪਈ ਹੋਈਆਂ ਨੇ ਉੱਤੇ ਜਿਵੇਂ ਲੱਗਿਆ ਜਿਵੇਂ ਸਵਾਣੀਆਂ ਸਾੜੀਆਂ ਨਹੀਂ ਆਏ ਵਿੱਚ ਲੈਂਦੀਆਂ ਮਿਸਾਲਾ ਉੱਤੇ ਉਹ ਕੜਮੀ ਹੈ ਇੱਥੇ ਹੀ ਫੁਲਕੇ ਦੇ ਉੱਤੇ ਮਿਰਚਾਂ ਲਾ ਲੈਂਦੇ ਇੱਥੇ ਫੁਲਕੇ ਦੇ ਵਿੱਚ ਲੈਂਦੇ ਹਨ ਉਹ ਫੁਲਕੇ ਦੇ ਉੱਤੇ ਲੱਗੇ ਹੁੰਦੇ ਇਤਨੀ ਗੱਲ ਹੈ ਉਹ ਆਉਂਦੀ ਹੈ ਪੀਜ਼ਾ ਲਿਆ ਦੇ ਨਹੀਂ ਤਾਂ ਮੈਂ ਸਿਰ ਲੈ ਜਾਵਣੇ ਹੁਣ ਪੀਜ਼ੇ ਦੇ ਮਗਰ ਸਵਾਣੀ ਰੋਸ ਜਾਵੇ 1500 ਜਿਹੜਾ ਬੰਦਾ ਉਹਨੂੰ ਪੀਜ਼ਾ ਲੈ ਕੇ ਦੇਵੇ ਉਹਦੇ ਨਾਲ ਜਿਹੜਾ ਬੰਦਾ ਨਹੀਂ ਮੈਂ ਘਰ ਵਾਲੇ ਨੂੰ ਆਖਿਆ ਸੀ ਹੋਰ ਉਹ ਕਿਸੇ ਨੂੰ ਨਹੀਂ ਆਉਂਦੇ ਆਖਿਆ ਨੂੰ ਪਿਆਦੀ ਸਿਰ ਲੈ ਜਾਵਣਾ ਉਹ ਇੰਜ ਹੈ ਬਈ 1500 ਰੁਪਈਆ ਜਿਹੜਾ ਹੈ ਨਾ ਹਿਸਾਬ ਵਿੱਚ ਨਾ 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 ਬੱਲ ਬੇਲੀ ਲੇਖ ਨਾ 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 ਲੇਖ ਜਿਹੜਾ ਨਾ ਲੇਖ ਮੇਰੀ ਗੱਲ ਸੁਣ ਮੈਨੂੰ ਹੋ ਗਿਆ ਤੁਹਾਡਾ 17 ਮੈਂ ਅੱਜ ਤੋਂ ਬਾਅਦ ਨਾ ਤੈਨੂੰ ਦੋ ਦੀ ਕੋਈ ਨਹੀਂ ਦੇਣਾ 18 ਦੇ ਹੋ ਗਏ ਤੂੰ ਮੇਰੀ ਗੱਲ ਸੁਣ ਲਾ ਅਸਾਂ ਹੁਣ ਦੇਣਾ ਹੈ ਤਾਂ ਕਿਸੇ ਹੋਰ ਦੋ ਦਿਨ ਦੇਣਾ ਤੈਨੂੰ ਮੁੰਡੂ ਦੇਣਾ ਨਾਲੇ ਤੇਰੀ ਸਾਡੀ ਗੱਲ ਹੀ ਕਾਇ ਨਹੀਂ ਹੋਈ ਹੋਈ ਉਹ ਕਿਤੇ ਮੁੱਜੂ ਦੂਆ ਜਿਹੜਾ ਲੈਣ ਆਉਂਦਾ ਉਹਨੂੰ ਕਿਤੇ ਕੰਮ ਪੈ ਗਿਆ ਤੇ ਉਹਦੇ ਨਿਕਲਿਆ ਹੋਇਆ ਤੇ ਉਸ ਮੈਨੂੰ ਆਖਿਆ ਤੂੰ ਚਾਹਣਾ ਮੈਂ ਐਡਾ ਨਖਰਾ ਸ਼ਕਰਾ ਕਦੇ ਨੂੰ ਚੱਲਿਆ ਪੈਸਿਆਂ ਦੇ ਮਾਮਲੇ 'ਚ ਉਸ ਆਖਿਆ ਸਿਆਣੇ ਤੁਸੀਂ ਵਾ ਕਿਸੇ ਨੂੰ ਪੈਸੇ ਨਾਲੇ ਪੈਸੇ ਉਸ ਆਪ ਆ ਕੇ ਦੇਣੇ ਮੈਂ ਪੈਸਿਆਂ ਦੇ ਜਾਣ ਕਿਸੇ ਟਾਈਮ ਅਸਾਂ ਕੰਜਰਾਂ ਕਮਲਿਆਂ ਨੂੰ ਵੀ ਚ ਦੇ 1500 ਤੂੰ ਕੰਜਰ ਉਸੇ ਮੈਂ ਤੈਨੂੰ ਕੰਜਰ ਨਹੀਂ ਆਦਾ ਲੇਕਿਨ ਦੁੱਧ ਜੇ ਪੈਸੇ ਮੈਂ ਕੋਈ ਨੂੰ ਦੇਣੇ ਗੱਲ ਸਿੱਧੀ ਦੁੱਧ ਲਿਆ ਕਰ ਮੂੰਹ ਦਿਆਨੇ ਤੇ ਮੂੰਹ ਦਿਆਨੇ ਵਾਪਸ ਗਿਆ ਕਰ ਚਬਾ ਕੇ 1500 ਦੇ ਸਟਾਂ ਤੋਂ ਮੂੰਹ ਵਿਚਾਲ ਦੀ ਜਾਤੀਆਂ ਮਾਰਨ ਲਗਾ ਐਵੇਂ ਨਾ ਕਾਚ ਜੇ ਇਹਨਾਂ ਵੇ ਤਾਂ ਆ ਗਾਕੇ ਰੋ ਰਣਾ ਪਾਮੀ ਦੁੱਧ ਪਾ ਮੈਂ ਦੁੱਧ ਪਾ ਕੇ ਚੋਂਡਾ ਲੱਗੋ ਆ ਵੇ ਆਈ ਕੀ ਕਾਲੋ ਕੀ ਦੇ ਛਤ ਬਾਲੜੀ ਦੀ ਕਿਹੜੀ ਹਾਲਤ ਕੀ ਤਿੰਨ ਕੁਛ ਖਵਾਇਆ ਪਿਵਾਇਆ ਕਰ ਕੀ ਖਾਵਾਂ ਪਿਆਵਾਂ ਮੈਨੂੰ ਉਹ ਚੱਜ ਦਾ ਖਵਾਉਂਦਾ ਨਹੀਂ ਤੇ ਇਹਨੂੰ ਉਹਨੇ ਕੀ ਚੱਜ ਦਾ ਖਵਾਣਾ ਯਾਰ ਓ ਵੈਸੇ ਨਾ ਇੱਥੇ ਸੁੱਖ ਤਾਂ ਹੈ ਹੀ ਕੋਈ ਨਾ ਚੰਗੀ ਭਲੀ ਆਮ ਜਲੇ ਮਾਂ ਪਿਓ ਦੇ ਘਰ ਆ ਸੋਹਣੀ ਸੁਣੱਖੀ ਆ ਚਿੱਟਾ ਮੇਰਾ ਰੰਗ ਆ ਇੱਥੇ ਮੋਟੀ ਆਮ ਜਦੋਂ ਦੇ ਸਿਆਣੇ ਦੇ ਘਰ ਆਈ ਆ ਪੱਲੇ ਨਹੀਂ ਕਾਸ਼ ਰਹਿ ਗਈ ਤੇ ਮੈਂ ਮੇਰੇ ਘਰ ਦੇ ਵਿੱਚ ਇਹ ਸੀਨ ਹੋਇਆ ਕਿ ਮੈਂ ਇੱਕ ਭਾਈ ਨੂੰ ਕਹਿਣਾ ਬਰਗਰ ਲਿਆ ਦੇ ਦੂਵੇ ਨੂੰ ਕਹਿਣਾ ਸ਼ਵਾਰਮਾ ਲਿਆ ਦੇ ਇੱਧਰੋਂ ਮੈਂ ਅੰਮੀ ਨੂੰ ਕਹਿਣਾ ਚਲਾ ਬਾਹਰ ਚੱਲੀ ਆ ਘੁੰਮਣ ਫਿਰਨ ਜਿੱਥੇ ਦਿਲ ਕਰਨਾ ਜਾਣਾ ਇੱਥੇ ਤੇ ਬੰਦਾ ਨੂੰ ਲੱਭਦਾ ਹੀ ਨਹੀਂ ਹੈ ਫਿਰਨ ਵਾਲੀ ਜਾ ਵੀ ਕਿਧਰੇ ਕਮਾ ਦੇ ਕਦੀ ਕੁੱਝੇ ਤੇ ਕਦੀ ਕੁੱਝੇ ਤਾਂ ਟੁੱਟੀ ਟੁੱਟੀ ਜਾ ਦੇ ਜੁੱਤੀਆਂ ਵੀ ਖਾਤਾ ਸ਼ੈਂਪੂ ਲੈ ਕੇ ਦੇ ਉਸ ਮੈਨੂੰ ਸ਼ੈਂਪੂ ਨਹੀਂ ਲੈ ਆਂਦਾ ਲੱਸੀ ਨਾਲ ਧੋ ਲੋ ਓਏ ਓਏ ਕੀ ਹੋ ਗਿਆ ਲੱਸੀ ਨਾਲ ਸਿਰ ਧੋਤੇ ਕਰੋ ਲੱਸੀ ਨਾਲ ਸਿਰ ਲੱਸੀ ਸੁਦਾਈ ਹੈ ਹਾਂ ਸ਼ੈਂਪੂ ਨਹੀਂ ਲੈਣਾ 10 ਰੁਪਇਆ ਨਹੀਂ ਜ਼ਾਇਆ ਕਰਨੇ ਐਡਾ ਕੋਈ ਮਈ ਡੱਬਾ ਨਹੀਂ ਮੇਰੀ ਬੋਤਲ ਸ਼ੈਂਪੂ ਵਾਲੀ ਪਈ ਐ ਨਵੀਂ ਮੈਂ ਲੈ ਕੇ ਆਈ ਸਾਂ ਤੋ ਇਸਤੇਮਾਲ ਕਰ ਲਈ ਕੀ ਤੇ ਦਹੀਂ ਨਾਲ ਤੇ ਇਹ ਦੁੱਧ ਨਾਲ ਤੇ ਲੱਸੀ ਨਾਲ ਕੀ ਧੋਣਾ ਲੱਸੀ ਨਾਲ ਸਿਰ ਕੌਣ ਧੋਂਦਾ ਅਨੇ ਕਦੋਂ ਲੈ ਕੇ ਆਈ ਐ ਬੋਤਲ ਮੈਂ ਤੈਨੂੰ ਦੱਸਿਆ ਲੁਕਾ ਕੇ ਮੋੜ ਰੱਖੀ ਹੋਈ ਨਹੀਂ ਨਹੀਂ ਭਰਜਾਈ ਮੈਂ ਕਿਉਂ ਲੁਕਾ ਕੇ ਰੱਖਣੀ ਐ ਲੰਮਾ ਵੀ ਦੇ ਲੈ ਅੱਗੇ ਦਾ ਮੈਂ ਦੁਕਾਨ ਤੋਂ ਸ਼ੈਂਪੂ ਮੰਗਾਇਆ ਤੂੰ ਵੇ ਕਿਸ ਨੂੰ ਕਹਿਆ ਢੋਲਾਂ ਨੂੰ ਪੱਠੇ ਦੱਤੋ ਤੇ ਫੋੜਾ ਫੋੜਾ ਮਾਰੋ ਚੁੱਪ ਕਰ ਪਤਾ ਲੱਗ ਗਈ ਸੀ ਕਿ ਮੈਂ ਕੂੜਤੀ ਮਰੇ ਲੱਗੀ ਹੋਈ ਹੈ ਮੇਰੀ ਬੱਕੀ ਵਿੱਚ ਪੀੜ ਹੈ ਉਹ ਮੇਰੀ ਓਏ ਮੈਂ ਤੇ ਅੰਦਰ ਜਾਂਦੀ ਪਈ ਹਾਂ ਚੰਗੇ ਸੂਲ ਕੱਢਦੀ ਹੈ ਤਾਂ ਹੱਸ ਰਹੀ ਹਾਂ ਤੇ
ਜਿਹੜਾ ਕੰਮ ਹੋਵੇ ਉਹ ਮੈਂ ਜਾ ਜਾ ਪੜਾ ਪਾਣੀ ਦੇਵੀ ਮੈਨੂੰ ਚੱਲ ਕਾਕੇ ਤੈਨੂੰ ਅੰਦਰ ਪਾਉਂਦੀ ਆ ਸ਼ਰੀਨ ਦੀ ਛਾਂ ਤੇ ਮਸਾਂ ਹਵਾ ਸ਼ਵਾ ਇੱਥੇ ਲੱਦਦੀ ਰਸੀ ਉੱਥੇ ਉਹ ਬੈਠੀਆਂ ਨੇ ਇੱਥੇ ਦੂਈ ਨਾਲ ਸਥਿਆ ਦਿਲੇ ਤਰੇ ਦੀਆਂ ਸਕੂਨ ਵਾਸਤੇ ਇੱਥੇ ਆਇਆ ਹਾਂ ਸਕੂਨ ਵਾਸਤੇ ਤੇ ਬਾਲਾ ਐਵੇਂ ਤਰ੍ਹਾਂ ਹਰ ਬੰਦੇ ਦਾ ਜਿਹੜਾ ਹੈ ਨਾ ਸਕੂਨ ਬਹੁਤ ਜ਼ਰੂਰੀ ਹੁੰਦਾ ਹੈ ਹਾਂ ਹੁਣ ਤੇਰੀ ਵਰਜਾਈ ਹੈ ਉਹ ਵੇਖ ਕੇ ਨਾ ਸ਼ਹਿਰ 'ਚੋਂ ਨਿਕਲ ਕੇ ਆ ਗਈ ਇੱਥੇ ਐਂ ਚਿੱਟੀ ਖੰਬੂਰ ਐਂ ਖੂਮ ਵਰ ਗਈ ਹੁਣ ਉਹ ਤੇਰੀ ਤਾਲੀ ਹੋ ਗਈ ਹੁਣ ਵੀ ਇੰਨੇ ਹੀ ਹੈ ਤੈਸ ਤੋਂ ਹੁੰਦਾ ਰਾਮ ਜਿਹੜਾ ਨਾ ਬਿਲਕੁਲ ਡਾਊਨ ਹੁੰਦਾ ਜਾਂਦਾ ਖਤਮ ਹੁੰਦਾ ਜਾਂਦਾ ਜਦੋਂ ਉਹਨੂੰ ਸੁੱਖ ਤੇ ਸਕੂਨ ਕੋਈ ਨਹੀਂ ਆਉਣਾ ਤੇ ਇਹ ਮੈਨੂੰ ਦੱਸ ਉਸ ਕੋ ਘਰ ਵਸਾਉਣਾ ਹੁਣ ਉਹ ਹੇਕ ਨੂੰ ਮੈਂ ਛੱਡਾਂ ਤੇ ਨਾਲ ਮੇਰੀ ਧੀ ਹੈ ਉਹ ਵੀ ਐਵੇਂ ਸਮਝ ਗਈ ਅੱਛਾ ਉਹਦਾ ਤਾਂ ਤੈਨੂੰ ਅਹਿਸਾਸ ਆ ਦਿਆ ਤੇ ਜਿਹੜਾ ਸਾਰਾ ਦੇ ਵਿਰਾਹ ਤੇਰਾ ਸਥਿਆ ਧੰਦੇ ਤਰ ਤਰ ਤੇ ਧੁੰਦੇ ਨੂੰ ਵੀ ਪੀੜ ਹੁੰਦੀ ਪਈ ਦੋ ਟੀ ਤੇ ਦਾਤਾ ਰਾਹ ਧੁੱਪਦਾ ਤੇ ਤਾਂ ਮੈਂ ਰਾਤੀ ਸਮਝਣਾ ਵਿਰਾਹ ਦਾ ਅਹਿਸਾਸ ਤੋਂ ਹੀ ਨਹੀਂ ਇਹ ਗੱਲ ਹੁਣ ਜੇ ਗਲਤ ਮੈਂ ਦੱਸ ਹਾਂ ਸਾਨੂੰ ਜਦੋਂ ਹੀ ਜ਼ਰੂਰਤ ਪੈਂਦੀ ਹੈ ਨਾ ਹਾਂ ਅਸੀਂ ਤੇਰੇ ਮੁਥਾਜ ਹੁੰਦੇ ਵਧੇ ਹਾਂ ਤੇਰੇ ਤੋਂ ਥੋੜ੍ਹਾ ਕੰਮ ਕਰਨੇ ਆਏ ਤੇਰੇ ਤੋਂ ਜ਼ਿਆਦਾ ਖਾਂਦੇ ਹਾਂ ਆਏ ਕੀ ਰੋਲਾ ਕੀ ਹੈ ਇਤਨੀਆਂ ਨਾ ਇਨਸਾਫੀਆਂ ਕਿਉਂ ਹੈ ਅਬੇ ਤੇਰਾ ਨਾਂ ਤੀ ਰੱਥਿਆ ਸ਼ਾਬਾਸ਼ ਮੇਰਾ ਪੁੱਤਰ ਤੂੰ ਸਿਆਣਾ ਹੈ ਤੂੰ ਸਦੀ ਵੀ ਧਰ ਧਟਾਵਾ ਨੂੰ ਬਣ ਸਕਦਾ ਮੈਂ ਗਵਾਡੀਆਂ ਦੇ ਚਾਰ ਮਾਨ ਲਾਇਆ ਵਾ ਤੇ ਅੱਬਾ ਕਿਵੇਂ ਦੁਬਾਰਾ ਮੋੜ ਆ ਜਾਵੇ ਤੇ ਉਹ ਮਰੇ ਹੈ ਉਹ ਸਿਲ ਮੁੜ ਪਾਗ ਵੀ ਮੇਰੇ ਸਿਰ ਤੇ ਰੱਖੀ ਵੇ ਤੇ ਮੈਨੂੰ ਉਹ ਮਰਨ ਲੱਗਿਆ ਆਖੇ ਵੀ ਤੂੰ ਹੁਣ ਸਾਰਿਆਂ ਤੋਂ ਸਿਆਣਾ ਹੈ ਇਹ ਮੈਨੂੰ ਦੱਸ ਦੀ ਮੋਹਿਆ ਬੰਦੇ ਵਾਪਸ ਆ ਨਹੀਂ ਨਾ ਮੰਦੀ ਤੇ ਤੂੰ ਉੱਥੇ ਦੀ ਵੀ ਸਿਆਣਾ ਨੂੰ ਬਣ ਸਕਦਾ ਕਿਵੇਂ ਇਹ ਪਾਗ ਵਾਲੀ ਸਜ਼ਾ ਕਿਵੇਂ ਘੱਟ ਸਕਦੀ ਹੈ ਮੈਂ ਤੇਰੇ ਤਾਂ ਵਾਸਤੇ ਬਣਾਈਂਦਾ ਪਿਆ ਬੜਿਆਂ ਦੇ ਜੇ ਸਾਡੀ ਵਾਸਤੇ ਬਣਾਈਂਦਾ ਪਿਆ ਤਾਂ ਕੰਮ ਅਲ ਕੰਮ 2000 ਦੇ ਦੇ ਛੱਡ ਸਨੇ ਆ ਵੀ ਦਰਦੀ ਨੂੰ ਦੇ ਛੱਡੀ ਰਾਤੀ ਤੱਪੜਾ ਸੇ ਤੇ ਪਤਲਾ ਤੱਪੜਾ ਸੇ ਤੇ ਉਹਦੇ ਨਾਲ ਜੁੱਸਾ ਵਲੇਟ ਤੇ ਸਾਏ ਜਾਵੇ ਤੇ ਉੱਤੋਂ ਭਾਵੇਂ ਤੂੰ ਥਲੋ ਤੇ ਪੱਥਰ ਜਲੀ ਰੱਥੇ ਤੇ ਭਾਵੇਂ ਆਪਣੇ ਆਪ ਨੂੰ ਜਲੀ ਰੱਥੇ ਪੱਥੇ ਦਾ ਸੋਚ ਨਾ ਲਿਆ ਉਹ ਅੱਗੇ ਕੋਈ ਨਹੀਂ ਲੱਗਦਾ ਨਹੀਂ ਤਾਂ ਸੋਚ ਮੈਂ ਤੇਰੀਆਂ ਨਸਾਂ ਚ ਲਾ ਛੱਡਸਾਂ ਇੱਥੇ ਮੈਂ ਦੱਸਾਂ ਤੇ ਦੋਧੀ ਆਇਆ ਕੋਈ ਨਹੀਂ ਦੋਧੀ ਆਇਆ ਪਤਾ ਨਹੀਂ ਕੀ ਰੋਲਾ ਅੱਜ ਉਹਨੂੰ ਆਥਣਾ ਪੈਸੇ ਦੇ ਬਈ ਪੈਸਿਆਂ ਦੀ ਲੋੜ ਐ ਵਿੰਦਾ ਤੇ ਅੱਲਾ ਦਾ ਨਾਮ ਯਾਰ ਕੋਈ ਸਵਾਣੀਆਂ ਦੀ ਜ਼ਰੂਰਤ ਹੁੰਦੀ ਹੈ ਕੋਈ ਉਹਨਾਂ ਕੋਲ 5000 ਰੁਪਏ ਵੈਸੇ ਵੀ ਪਏ ਹੋਣੇ ਇਹਨਾਂ ਨੂੰ ਜੇਬ ਦਾ ਚਸਤਾ ਹੁੰਦਾ ਹੀ ਇਹਨਾਂ ਦੇ ਕੋਲ ਪੈਸਾ ਹੋਵੇ ਨਾ ਗੱਲ ਸੁਣ ਤੇ ਰੋਡ ਤੇ ਜਾਂਦੀਆਂ ਪਈਆਂ ਹੋਵੇ ਜਾਂ ਰਸ 'ਚ ਜੱਟ ਆਉਂਦੇ ਤੇ ਪਿਤੋੜੇ ਬਣਦੇ ਪਏ ਹੋਣ ਇਹਨਾਂ ਦੇ ਮੂੰਹ 'ਚ ਪਾਣੀ ਵਾਧੇ ਹੁੰਦੇ ਤੇਰੀ ਜੇਬ ਦੇ ਵਿੱਚ 2000 ਰੁਪਇਆ ਹੋਵੇ ਹਾਂ ਹੈ ਤੇ ਜਾਂਦਾ ਪਿਓ ਆ ਮਕਈ ਦੇ ਦਰਮਿਆਨ ਹੈ ਚੋ ਅੱਛਾ ਦੋ ਡਾਕੂ ਆ ਜਾਵੇਂ ਅੱਛਾ ਉਹ ਆਖਣ ਇੱਥੇ ਰੱਖਣ ਚਾ ਪਿਸਤੌਲ ਅੱਛਾ ਉਹ ਆਖਣ ਤੈਨੂੰ ਯਾ ਸਾ ਫੈਰ ਮਾਰ ਛੱਡਣਾ ਤੇ ਯਾ ਪੈਸੇ ਦੇ ਮੈਂ ਬਿਜਲੀ ਦਾ ਬਿੱਲ ਸਦੀ ਨੀ ਪੂਰਾ ਦਿੱਤਾ
ਉੱਥੇ ਜਾ ਕੇ ਮਿੰਨਤਾਂ ਤਾਰ ਲਈਆਂ ਵੀ ਜਟਾਓ ਜੀ ਬੜਾ ਬੇਲ ਲਾ ਦਿਆ। ਹੁਣ ਇਸ ਵਾਰੀ ਸਾਨੂੰ 186 ਰੁਪਈਆ ਆਇਆ ਪਿਆ, 100 ਮੈਂ ਛਡਾ ਤੇ 86 ਤਾਰਨਾ। ਸਿਆਣਾ ਆ ਨਾ, ਚੱਲ ਨੀ ਮੂੰਹ ਦੋਧੀ ਆਵੇ ਤਾਂ ਮੈਨੂੰ ਸੱਦ ਮਾਰੀ। ਠੀਕ ਬੈਠੇ ਹੋ, ਦੁੱਧ ਲੈ ਆ। ਹੋਰ ਮਹੀਨਾ ਹੋ ਗਿਆ ਹੁਣ ਉਹ ਹਿਸਾਬ ਤਰ ਤੇ ਪਹਿਲੇ ਪੈਸੇ ਦੇ, ਮੇਰਾ ਵਿਰਾਹ ਤਾਂ ਮੇਰਾ ਸਿਰ ਪੜੇਂਦਾ ਪਿਆ ਤੇ ਮੋੜ ਭਈਆ ਦੁੱਧ ਵੀ ਲੈ ਜਾ। ਕਿਹੜਾ ਹਿਸਾਬ, ਮੈਂ ਤਾਂ ਮਹੀਨਾ ਹਸਪਤਾਲ ਰਿਹਾ ਤੇ ਜਿਹੜਾ ਅਸੀਂ ਦੁੱਧ ਲੈਂਦੇ ਦਿੰਦੇ ਰਹੇ ਆ ਉਹ ਬੰਦਾ ਤੇਰਾ ਹੀ ਨਾ ਜਿਹੜਾ ਥੱਲੇ ਹੋਇਆ ਤਾਲਾ ਜਿਹਾ ਬੰਦਾ। ਮੈਂ ਕੋਈ ਨਹੀਂ ਗੱਲੇ ਹੋਇਆ, ਮੈਂ ਤਾਂ ਹਸਪਤਾਲ ਰਿਹਾ ਮਹੀਨਾ ਤੇ ਸਕੂਟਰ ਵੀ ਆਪਣਾ ਵੇਚ ਕੇ ਮੈਂ ਆਪਣੇ ਉੱਤੇ ਲਾ ਬੈਠਾ। ਲੈਂਦਾ ਗਵਾਟੀਆਂ ਲਓ ਸਕੂਟਰ ਖਾਲਾ ਬੰਦਾ ਪਿਆ ਡੱਕਿਆ ਦੁੱਧ ਦੇ ਮੈਂ ਲੈ ਜਾਵਾਂ। ਇਹਦਾ ਮਤਲਬ ਇੱਥੋਂ ਉਹਦੇ ਤੋਂ ਹੀ ਬੰਦਾ ਵੀ ਨਹੀਂ ਥੱਲਿਆ। ਮੈਂ ਕੋਈ ਨਹੀਂ ਗੱਲਿਆ, ਇਸ ਦਾ ਮਤਲਬ ਇਹ ਹੈ ਜਿਹੜਾ ਉਹ ਸੱਥਿਆ ਮੈਂ ਸਿਆਣਾ ਬਣਿਆ ਹੋਇਆ ਉਹ ਮੈਨੂੰ ਚਦਲ ਬਣਾ ਤੇ ਦਿਆ। ਤੂੰ ਕੰਬਲਾ ਹੈ, ਤੂੰ ਸਿਆਣਾ ਕੋਈ ਨਾ।